ਅੱਜ ਮੈਂ ਚਾਹ ਵਾਲੇ ਹੋਟਲ 'ਤੇ ਬੈਠਾ ਫਿਲਮ ਦੇਖ ਰਿਹਾ ਸੀ। ਸ਼ਾਹਰੁਖ ਖਾਨ ਨੇ ਕਾਜਲ ਨੂੰ ਕਿਹਾ ਕਿ ਅਗਰ ਮੁਝੇ ਕੁਛ ਹੋ ਗਿਆ, ਮੈਂ ਮਰ ਗਿਆ ਤਾਂ ਫਿਰ ਤੁਮ ਕਿਆ ਕਰੋਗੀ। ਕਾਜਲ ਨੇ ਜਲਦੀ ਜਲਦੀ ਉਹਦੇ ਮੂੰਹ 'ਤੇ ਹੱਥ ਰੱਖਿਆ, ਕਹਿੰਦੀ ਐਸੀ ਬਾਤੇਂ ਨਾ ਕੀਆ ਕਰੋ, ਮੇਰਾ ਦਿਲ ਡਰ ਜਾਤਾ ਹੈ। ਤੁਮ ਨਹੀਂ ਹੋਗੇ ਤਾਂ ਦੁਨੀਆ ਸੁੰਨੀ ਹੋ ਜਾਏਗੀ, ਦੁਨੀਆ ਉਜੜ ਜਾਏਗੀ। ਵੇਖ ਕੇ ਮੈਂ ਬੜਾ ਮੁਤਾਸਰ ਹੋਇਆ, ਮੇਰਾ ਵੀ ਜ਼ਿਹਨ ਰੋਮੈਂਟਿਕ ਹੋ ਗਿਆ। ਮੈਂ ਫਟਾਫਟ ਚਾਹ ਪੀਤੀ, ਹੋਟਲ ਵਾਲੇ ਨੂੰ ਪੈਸੇ ਦਿੱਤੇ ਅਤੇ ਘਰ ਆਇਆ। ਮੈਂ ਕਿਹਾ ਬੇਗਮ, ਜੇ ਮੈਨੂੰ ਕੁਛ ਹੋ ਗਿਆ ਤਾਂ ਫਿਰ ਤੂੰ ਕੀ ਕਰੇਂਗੀ ਜੇ ਮੈਂ ਮਰ ਗਿਆ ਤਾਂ? ਅੱਗੋਂ ਉਹ ਕਹਿੰਦੀ, 24 ਘੰਟੇ ਕੁੱਤੇ ਤੇਰਾ ਭੌਂਕਿਆ ਨਾ ਕਰੋ, ਕਿਤੇ ਪਰਾਂ ਹੋ ਕੇ ਮਰੋ, ਜਾ ਕੇ ਮੇਰੀ ਜਾਨ ਛੱਡੋ। ਜੇ ਤੁਹਾਨੂੰ ਕੁਛ ਹੋ ਗਿਆ ਤੇ ਸੁਬਾ ਦੁੱਧ ਤੁਹਾਡੇ ਪਿਛਲੇ ਲੈ ਕੇ ਆਣਗੇ, ਬੱਚਿਆਂ ਨੂੰ ਸਕੂਲ ਕੌਣ ਛੱਡਣ ਜਾਏਗਾ, ਘਰ ਦੇ ਕੰਮ ਕੌਣ ਕਰੇਗਾ, ਤੱਪੜੀਆਂ ਕੌਣ ਮਾਰੇਗਾ, ਰਾਸ਼ਨ ਕੌਣ ਬਾਹਰੋਂ ਲੈ ਕੇ ਆਏਗਾ? ਬਕਵਾਸ ਕਰਦੇ ਰਹਿੰਦੇ 24 ਘੰਟੇ, ਜੇ ਮੈਨੂੰ ਕੁਛ ਹੋ ਗਿਆ ਮੈਂ ਮਰ ਗਿਆ ਤੇ ਮੈਂ ਮਰਨ ਦੇਣੀ ਆ ਤੈਨੂੰ। ਸਾਡੇ ਤੇ ਅੰਦਰ ਤਾਂ ਸ਼ਾਹਰੁਖ ਖਾਨ ਹੀ ਮਰ ਗਿਆ ਯਾਰ।